ਕੀ ਫਤਿਹ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸਰਬਸਾਂਝੀ ਗੁਰਬਾਣੀ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਔਰ ਇਸ ਗੁਰਬਾਣੀ ਦਾ ਪਵਿੱਤਰ ਗੁਰਬਾਣੀ ਦਾ ਪੂਰੀ ਦੁਨੀਆ ਦੀ ਸੰਗਤ ਤੱਕ ਪ੍ਰਚਾਰ ਤੇ ਪ੍ਰਸਾਰਣ ਕਰਨਾ ਪੰਜਾਬ ਸਰਕਾਰ ਦੀ ਸਿਰਫ ਜ਼ਿੰਮੇਵਾਰੀ ਨਹੀਂ ਸਾਡਾ ਫਰਜ਼ ਹੈ ਸਾਡਾ ਧਰਮ ਹੈ ਸਾਡੀ ਡਿਊਟੀ ਹੈ ਇਸ ਵਾਸਤੇ ਐਸਜੀਪੀਸੀ ਜੋ ਵੀ ਸਾਨੂੰ ਸੇਵਾ ਲਾਊਗੀ ਅਸੀਂ ਖਿਹੜੇ ਮੱਥੇ ਉਹ ਸੇਵਾ ਨੂੰ ਪ੍ਰਵਾਨ ਕਰਾਂਗੇ ਐਸਜੀਪੀਸੀ ਨੂੰ ਅਸੀਂ ਅਪੀਲ ਕਰਦੇ ਆ ਕਿ ਗੁਰੂ ਸਾਹਿਬ ਦੀ ਬਾਣੀ ਦੇ ਪ੍ਰਸਾਰਨ ਲਈ ਜੋ ਵੀ ਲੇਟੈਸਟ ਇਲੈਕਟ੍ਰੋਨਿਕ ਇਨਫਰਾਸਟ੍ਰਕਚਰ ਨਵੇਂ ਕੈਮਰੇ ਨਵੀਂ ਕਿਸਮ ਦੇ ਜਿਹੜੇ ਚੱਲੇ ਨੇ ਮਾਧਿਅਮ ਅਸੀਂ ਬਿਲਕੁਲ ਲੇਟੈਸਟ ਟੈਕਨੀਕ ਨਾਲ ਜਿਹੜਾ ਦਰਬਾਰ ਸਾਹਿਬ ਨੂੰ ਲੈਸ ਕਰਦੇ ਆਂਗੇ ਸਿਰਫ ਇੱਕ ਮਾਧਿਅਮ ਤੋਂ ਨਹੀਂ YouTube موبائل ਐਪ ਧਾਰਮਿਕ ਚੈਨਲ ਤੇ ਹੋਰ ਵੀ ਇਛੂਕ ਚੈਨਲ ਜਿਹੜੇ ਹੋਣਗੇ ਉਹ ਸਚਕੰਡ ਦੀ ਇਸ ਗੁਰਬਾਣੀ ਦਾ ਪਵਿੱਤਰ ਗੁਰਬਾਣੀ ਦਾ ਪ੍ਰਸਾਰਣ ਕਰਨ ਤਾਂ ਕਿ ਪੂਰੀ ਦੁਨੀਆ ਦੇ ਕੰਨਾਂ ਤੱਕ ਗੁਰਬਾਣੀ ਪਹੁੰਚੇ ਤੇ ਅੱਖਾਂ ਰਾਹੀਂ ਉਹ ਸਚਕੰਡ ਦੇ ਦਰਸ਼ਨ ਕਰਨ ਸਾਰਾ ਖਰਚਾ ਪੰਜਾਬ ਸਰਕਾਰ ਕਰੂਗੀ ਕਿਉਂਕਿ ਮੈਂ ਫੇਰ ਕਹਿਣਾ ਕਿ ਸਾਡੇ ਲਈ ਫਰਜ ਵੀ ਹੈ ਡਿਊਟੀ ਵੀ ਹੈ ਧਰਮ ਵੀ ਹੈ ਕਿ ਗੁਰੂ ਸਾਹਿਬ ਦੀ ਬਾਣੀ ਪੂਰੀ ਦੁਨੀਆ ਚ ਫੈਲੇ ਤੇ ਉਹ ਕਿਸੇ ਇੱਕ ਮਾਧਿਅਮ ਰਾਹੀਂ ਨਹੀਂ ਬੜੀ ਦੇਰ ਤੋਂ ਮੰਗ ਵੀ ਚਲਦੀ ਆ ਰਹੀ ਹੈ ਸਾਰੇ ਪ੍ਰਸਾਰਣ ਦੇ ਮਾਧਿਓ ਰੇਡੀਓ ਵੀ ਆ ਗਏ ਐਫ ਐਮ ਆ ਗਏ ਬਹੁਤ ਕੁਝ ਸੈਟਲਾਈਟ ਚੈਨਲ ਆ ਗਏ ਉਹਨਾਂ ਰਾਹੀਂ ਇਹਦਾ ਪ੍ਰਸਾਰਣ ਹੋਵੇ ਜਿੱਦਾਂ ਵੀ ਖਰਚਾ ਉਹਦੇ ਵਾਸਤੇ ਲੋੜਿੰਦਾ ਹੋਊਗਾ ਪੰਜਾਬ ਸਰਕਾਰ ਖਿਹੜੇ ਮੱਥੇ ਉਹ ਸਾਰਾ ਖਰਚਾ ਦੇਊਗੀ ਅਸੀਂ ਉਮੀਦ ਕਰਦੇ ਹਾਂ ਕਿ ਸ਼੍ਰੋਮਣੀ ਕਮੇਟੀ ਜੋ ਵੀ ਸਾਨੂੰ ਸੇਵਾ ਲਾਉਗੀ ਅਸੀਂ ਉਤੇ ਵੱਧ ਚੜ ਕੇ ਪੂਰੇ ਉਤਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ